सब तो पहला तो मैं चैनल वेखण वाले दर्शकों सत श्री अकाल बुलाना चाहना। अज असी एक बहुत ही गंभीर मुद्दा जिहड़ा लैके आए जिहड़ा समाज दे विच उठदा है। गंभीर मुद्दा यह है कि बच्चों का आई क्यू दिनों दिन घट क्यों रहा है ते बच्चे जिहड़े आ उह गुस्सैल जां अपने मापिआं नाल गलत व्यवहार ते जां उह मानसिक रोगी क्यों बन रहे ने, इस बारे अज असी विचार जिहड़े आ बलकार सिंह जी दे नाल प्रगट करांगे। साढ़े दर्शकों ने कुछ सानू सवाल भेजे ने कि किवें बच्चों का आई क्यू सही किया जा सकता है, वधाया जा सकता है। कुछ गल्लां अज साढ़े नाल डॉक्टर बलकार सिंह जी जुड़े ने। हाँ जी, सब तो पहले तो डॉक्टर बलकार सिंह जी सत श्री अकाल। अज असी तुहाडे नाल कुछ गल्लां करनियां चाहुंदे हाँ कि दर्शकों ने कुछ सानू सवाल भेजे ने कि असी अपने बच्चों का आई क्यू जिहड़ा है किवें वधा सकते हैं, जिहड़े बच्चे ने उन्हां दा आई क्यू घट किस चीज़ के नाल रहा है, उस गल्लां उस चीज़ बारे असी गलबात अज इस चैनल दे विच इस वीडियो दे विच करांगे। ते अज आपां सीधा अपनी वीडियो दे वल वधदे हां। डॉक्टर बलकार सिंह जी, जिहड़े साडे दर्शक ने उन्होंने सानू कुछ सवाल भेजे ने, उन्हां सवालां दे नाल एक एक करके असी उन्हां सवालां नू कंप्लीट करदे हां ते दर्शकां नू इह दसदे हां कि उह अपने बच्चियां दा आई क्यू किवें वधा सकदे आ। ते सब तो पहलां तां दर्शकां दा जिहड़ा सवाल है ਉਹ ਇਹ ਹੈ ਕਿ ਬੱਚਿਆਂ ਦਾ ਜਿਹੜਾ ਆਈ ਕਿ ਉਹ ਕਿਸ ਚੀਜ਼ ਦੇ ਨਾਲ ਕਿਹੜੇ ਚੀਜ਼ ਦੇ ਨਾਲ ਜਿਹੜਾ ਹੈ ਘੱਟ ਰਿਹਾ ਹੈ। ਸਭ ਤੋਂ ਪਹਿਲੀ ਮੈਂ ਇਹਦੀ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਹੁਣ ਆਪਾਂ ਮੋਬਾਈਲ ਵਰਤਦੇ ਹਾਂ, ਬਿਲਕੁਲ ਜਦੋਂ ਆਪਾਂ ਆਪਣਾ ਚਲ ਵੱਡੇ ਹਾਂ ਤਾਂ ਆਪਾਂ ਨੂੰ ਥੋੜ੍ਹਾ ਅਸਰ ਨਹੀਂ ਪੈਂਦਾ, ਜਦੋਂ ਜ਼ਿਆਦਾਤਰ ਮੋਬਾਈਲ ਦੇ ਸਿਰ ਪੀੜ 'ਤੇ ਆਪਣਾ ਵੀ ਹੁੰਦਾ ਹੀ ਹੈ। ਹਾਂਜੀ, ਹੁਣ ਉਹਦੇ ਨਿਆਣੇ ਨੇ ਉਹਨਾਂ ਦੀ ਪਾਵਰ ਆਪਣੇ ਨਾਲੋਂ ਘੱਟ ਹੈ ਅਤੇ ਉਹਨਾਂ ਦੀ ਜ਼ਿਆਦਾ ਸਿਰ ਪੀੜ ਹੁੰਦਾ, ਪਰ ਉਹ ਸ਼ੋਅ ਨਹੀਂ ਕਰਦੇ, ਇਸ ਕਰਕੇ ਉਹਨਾਂ ਦਾ ਅੰਦਰੋਂ ਅੰਦਰ ਹੀ ਆਪਣੀ ਫੀਲਿੰਗ ਨੱਪੀ ਜਾਂਦੀ, ਉਹਨਾਂ ਕਰਕੇ ਇਹ ਉਹ ਜ਼ਿਆਦਾ ਮੋਬਾਈਲ ਵਰਤਦੇ ਨੇ। ਜ਼ਿਆਦਾ ਮੋਬਾਈਲ ਵਰਤਦੇ ਨੇ ਅਤੇ ਉਹਨਾਂ ਦਾ ਦਿਮਾਗ ਵੀ ਜ਼ਿਆਦਾ ਖਰਚ ਹੁੰਦਾ ਹੈ, ਦਿਮਾਗ 'ਤੇ ਅਸਰ ਪੈਂਦਾ ਉਹਨਾਂ ਦੇ, ਦਿਮਾਗ 'ਤੇ ਅਸਰ ਪੈਂਦਾ, ਅੱਖਾਂ ਖਰਾਬ ਹੁੰਦੀਆਂ ਇੱਕ, ਅਤੇ ਉਹਨਾਂ ਦਾ ਸਰੀਰ ਨਹੀਂ ਵਧੀਆ ਫਿੱਟ ਰਹਿੰਦਾ। ਅਤੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਮੋਬਾਈਲ ਨਾ, ਖੁੱਲ੍ਹੇ ਇਨਵਾਇਰਮੈਂਟ 'ਚ ਜਾਣਾ, ਘੁੱਟੇ ਘੁੱਟੇ ਰਹਿਣਾ, ਇਕੱਲੇ ਇਕੱਲੇ ਰਹਿਣਾ, ਇਹ ਸਭ ਤੋਂ ਵੱਡਾ ਕਾਰਨ ਹੈ ਆਈ ਕਿਊ ਘੱਟ। ਹਾਂਜੀ ਬਿਲਕੁਲ, ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਜਿਹੜੇ ਪੁਰਾਣੇ ਜਿਹੜੇ ਜ਼ਮਾਨੇ ਸੀ 90s ਦੇ, ਉਹਦੇ ਵਿੱਚ ਕੋਈ ਮੋਬਾਈਲ ਨਹੀਂ ਸੀ ਹੁੰਦਾ, ਸਿਰਫ ਬੱਚੇ ਬਾਹਰ ਐਕਸਰਸਾਈਜ਼ ਮਤਲਬ ਬਾਹਰ ਖੇਡਦੇ ਰਹਿੰਦੇ ਸੀ, ਉਸ ਦੇ ਨਾਲ ਉਹਨਾਂ ਦੀਆਂ ਸਰੀਰਕ ਐਕਸਰਸਾਈਜ਼ ਹੁੰਦੀਆਂ ਸੀ, ਸਕੂਲੇ ਜਾ ਕੇ ਪੜ੍ਹਦੇ ਸੀ, ਉਸ ਦੇ ਨਾਲ ਉਹਨਾਂ ਦੀ ਮਾਨਸਿਕ ਐਕਸਰਸਾਈਜ਼ ਵੀ ਹੁੰਦੀ ਸੀ। ਇਹਦੇ ਨਾਲ ਹਰ ਕਿਸੇ ਬੱਚੇ ਦਾ ਆਈ ਕਿਊ ਬਹੁਤ ਜ਼ਿਆਦਾ ਹੁੰਦਾ ਸੀ, ਉਸ ਟਾਈਮ ਦੇ ਨਾਲ ਕੰਪੇਅਰ ਕੀਤਾ ਜਾਵੇ ਇਸ ਟਾਈਮ ਨੂੰ ਤਾਂ ਬਹੁਤ ਜ਼ਿਆਦਾ ਫਰਕ ਆ ਚੁੱਕਾ ਹੈ ਸਿਰਫ ਮੋਬਾਈਲ ਹੋਣ ਦੇ ਕਰਕੇ। ਹਾਂਜੀ, ਅਤੇ ਦੂਜਾ ਸਵਾਲ ਸਾਡੇ ਦਰਸ਼ਕਾਂ ਦਾ ਇਹ ਹੈ ਡਾਕਟਰ ਬਲਕਾਰ ਜੀ ਕਿ ਬੱਚਿਆਂ ਦਾ ਆਈ ਕਿਊ ਕਿਸ ਚੀਜ਼ ਦੇ ਨਾਲ ਅਸੀਂ ਵਧਾ ਸਕਦੇ ਹਾਂ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਹਨਾਂ ਦੀ ਪ੍ਰੋਹਿਬਿਸ਼ਨ ਕਰੋ ਫੋਨ 'ਤੇ, ਕਿੰਨਾ ਫੋਨ ਵਰਤਦੇ ਨੇ। ਸਭ ਤੋਂ ਜ਼ਿਆਦਾ ਮਿਨੀਮਮ ਟਾਈਮ ਇਹ ਵਰਤਦੇ ਨੇ 3 ਘੰਟੇ, ਅਤੇ ਮੈਕਸੀਮਮ ਟਾਈਮ ਇਹਨਾਂ ਦਾ ਚੱਲ ਜਾਂਦਾ 7 ਘੰਟੇ ਤੱਕ। ਦੇਖੋ ਜੀ, ਇੰਨਾ ਟਾਈਮ ਤਾਂ ਬਹੁਤ ਚੰਗਾ ਨਹੀਂ, ਤੁਹਾਨੂੰ ਪਤਾ ਹੀ ਆ, ਵੱਧ ਤੋਂ ਵੱਧ 1.5 ਘੰਟਾ ਮਿਨੀਮਮ ਤੁਸੀਂ ਕਰ ਸਕਦੇ, 10-20 ਮਿੰਟ ਕਰ ਸਕਦੇ, ਮੈਕਸੀਮਮ ਤੁਸੀਂ 30 ਮਿੰਟ ਕਰ ਸਕਦੇ ਜੀ, 1.5 ਘੰਟਾ। ਬਿਲਕੁਲ, ਅਤੇ ਇਸ ਤੋਂ ਬਾਅਦ ਆਪਾਂ ਨੂੰ ਫੋਨ ਵਰਤਣਾ ਨਹੀਂ ਚਾਹੀਦਾ, ਐਕਸਪਰਟਸ ਵੀ ਸਾਰੇ ਕਹਿੰਦੇ ਨੇ, ਸਾਰੇ ਡਾਕਟਰ ਕਹਿੰਦੇ ਨੇ, ਬਿਲਕੁਲ ਇੱਦਾਂ ਹੀ। ਹਾਂ, ਅਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕੁਝ ਗੱਲਾਂ ਚਾਹੀਦੀਆਂ ਕਿ ਉਹ ਆਪਣੇ ਘਰ ਵਾਲਿਆਂ ਨਾਲ ਸਾਰਿਆਂ ਨਾਲ ਉਹ ਕੁਝ ਟਾਈਮ ਬਿਤਾਉਣ, ਕਿਉਂਕਿ ਉਹ ਵੀ ਉਹਨਾਂ ਤੋਂ ਸਿੱਖਿਆ ਲੈ ਸਕਣ ਕਿ ਦੇਖੋ ਜੀ, ਮੈਂ ਕਿਵੇਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਪੇਰੈਂਟਸ ਆਪਣੇ ਬੱਚਿਆਂ ਨਾਲ ਟਾਈਮ ਬਿਤਾਉਣ। ਦੇਖੋ ਜੀ, ਹੁਣ ਪੇਰੈਂਟਸ ਦਾ ਆਪਦਾ ਕੰਮ ਹੁੰਦਾ ਹੈ, ਆਪਦਾ ਕੰਮ ਹੁੰਦਾ ਅਤੇ ਉਹ ਵੀ ਉਹਨਾਂ ਨੇ ਕਰਨਾ ਹੁੰਦਾ, ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਫਰੀ ਟਾਈਮ 'ਚ ਉਹਨਾਂ ਨਾਲ ਬਿਤਾਓ, ਆਪਾਂ ਫੋਨ 'ਤੇ ਸਾਰਾ ਟਾਈਮ ਕੱਢ ਦਿੰਦੇ ਹਾਂ ਅਤੇ ਬੱਚੇ ਵੀ ਫੋਨ 'ਤੇ ਲੱਗੇ ਰਹਿੰਦੇ, ਆਪਣਾ ਧਿਆਨ ਨਹੀਂ ਦਿੰਦੇ, ਇਸ ਕਰਕੇ ਮੈਂ ਕਹਿਣਾ ਚਾਹੁੰਦਾ ਅਤੇ ਆਪ ਉਹਨਾਂ ਦਾ ਟਾਈਮ ਟਾਓ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਬਜ਼ੁਰਗਾਂ ਨਾਲ ਰੱਖੋ ਤਾਂ ਕਿ ਉਹ ਜ਼ਿੰਦਗੀ 'ਚ ਮੁਸ਼ਕਲ ਆਉਣ ਵਾਲੀਆਂ ਮੁਸ਼ਕਲਾਂ ਦਾ ਪਹਿਲਾਂ ਹੀ ਟਾਕਰਾ ਕਰ ਸਕਣ। ਬਿਲਕੁਲ, ਹਾਂਜੀ। ਅਗਲਾ ਸਾਡੇ ਦਰਕਾਂ ਦਾ ਜਿਹੜਾ ਸਵਾਲ ਆਇਆ ਕਿ ਜਿਹੜਾ ਅੱਜ ਕੱਲ੍ਹ ਜਿਹੜਾ ਇਸ ਚੀਜ਼ ਬਾਰੇ ਹੋਇਆ ਕਿ ਕੁਝ ਬੱਚੇ ਜਿਹੜੇ ਗੇਮਾਂ ਬਹੁਤ ਖੇਡਦੇ ਨੇ, ਉਸ ਦੇ ਕਰਕੇ ਕੁਝ ਬੱਚਿਆਂ ਦਾ ਜਿਹੜਾ ਹੈ ਮਾਨਸਿਕ ਸੰਤੁਲਨ ਜਿਹੜਾ ਹੈ ਉਹ ਵਿਗੜਦਾ ਜਾਂਦਾ ਹੈ, ਇਸ ਬਾਰੇ ਤੁਸੀਂ ਕੀ ਸਾਡੇ ਨਾਲ ਗੱਲ? ਦੇਖੋ ਜੀ, ਮੈਂ ਕਹਿਣਾ ਚਾਹੁੰਦਾ ਗੇਮ ਸੋਫਟਵੇਅਰ ਬਹੁਤ ਗੇਮਾਂ ਆਈਆਂ ਨੇ, ਬਿਲਕੁਲ ਪਬਜੀ, ਫਰੀ ਫਾਇਰ, ਬਹੁਤ ਇਹੋ ਜਿਹੀ ਬਹੁਤ ਗੇਮਾਂ ਬਣਨੀਆਂ ਨੇ ਅਤੇ ਬਣਦੀਆਂ ਰਹਿਣਗੀਆਂ। ਹਾਂਜੀ ਬਿਲਕੁਲ, ਮੈਂ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਕਿ ਇਹ ਗੇਮਾਂ ਉਦੋਂ ਬੰਦ ਹੋਣਗੇ ਜਦੋਂ ਆਪਾਂ ਇਹਨਾਂ ਨੂੰ ਖੇਡਣਾ ਬੰਦ ਕਰਾਂਗੇ। ਹਾਂਜੀ ਬਿਲਕੁਲ, ਹਾਂ ਜੀ, ਸਾਡੀ ਵਿੱਚ ਪਿੱਛੋਂ ਜਿਹੜੀ ਆ ਸਾਡੀ ਜਿਹੜੀ ਅਸੀਂ ਉਹਨਾਂ ਨੂੰ ਮਦਦ ਕਰਾਂਗੇ ਤਾਂ ਹੀ ਉਹ ਆਪਣੀ ਜਿਹੜੀ ਆ ਚੀਜ਼ ਨੂੰ ਅੱਗੇ ਵਧਾਉਣਗੇ। ਦੇਖੋ ਜੀ, ਇਕੱਲੇ ਪੇਰੈਂਟਸ ਯੋਗਦਾਨ ਪਾਉਣ ਤਾਂ ਕੁਝ ਹੋ ਨਹੀਂ ਸਕਦਾ। ਹਾਂਜੀ ਬਿਲਕੁਲ ਬਿਲਕੁਲ, ਬੱਚੇ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ, ਬੱਚੇ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਦਾ ਵੀ ਸੁਧਾਰ ਕਰ ਸਕਣ ਅਤੇ ਨਾਲ ਪੇਰੈਂਟਸ ਨੂੰ ਵੀ ਫੀਲ ਪ੍ਰਾਊਡ ਕਰਾਉਣ। ਜਿੱਦਾਂ ਹੁਣ ਉਹ ਸਮਝ ਲਓ ਫੋਨ ਛੱਡਤਾ, ਇੱਕ ਬੱਚੇ ਨੇ ਫੋਨ ਛੱਡਤਾ, ਉਹ ਪੜ੍ਹਨ 'ਚ ਧਿਆਨ ਦੇ ਰਿਹਾ ਹੈ,
ਇਹਦਾ ਮਤਲਬ ਕਿ ਉਹ ਪੜ੍ਹਾਈ 'ਚ ਵੀ ਤਾਂ ਹੋਏਗਾ ਅਤੇ ਮਾਨਸਿਕ ਤੌਰ 'ਤੇ ਵੀ ਤਾਂ ਹੋਏਗਾ ਅਤੇ ਇੱਕ ਸਰੀਰਕ ਤੌਰ 'ਤੇ ਵੀ ਤਾਂ ਹੋਏਗਾ। ਇਸ ਲਈ ਮੈਂ ਕਹਿਣਾ ਚਾਹੁੰਦਾ ਹੈ ਕਿ ਬੱਚੇ ਘੱਟ ਤੋਂ ਘੱਟ ਫੋਨ ਵਰਤਣ। ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਬੱਚੇ ਫੋਨ ਨਾ ਵਰਤਣ, ਬਲਕਿ ਅਸੀਂ ਇਹ ਕਹਿੰਦੇ ਕਿ ਗੇਮਾਂ ਅਤੇ ਹੋਰ ਚੀਜ਼ਾਂ ਤੋਂ ਇਲਾਵਾ ਬੱਚੇ ਜਿਹੜੇ ਆ ਉਹ ਕੁਝ ਵੱਖਰੀਆਂ ਚੀਜ਼ਾਂ ਜਿਵੇਂ ਯੂਟਿਊਬ ਹੈ, ਉਸ ਦੇ ਉੱਤੇ ਬਹੁਤ ਸਾਰੀਆਂ ਵਧੀਆ ਵਧੀਆ ਵੀਡੀਓਜ਼ ਆਉਂਦੀਆਂ, ਉਹਨਾਂ ਨੂੰ ਦੇਖ ਕੇ ਆਪਣਾ ਮਾਨਸਿਕ ਸੰਤੁਲਨ ਜਿਹੜਾ ਸਹੀ ਕਰ ਸਕਦੇ ਆ, ਅਤੇ ਜਿਹੜੀਆਂ ਵੀਡੀਓਜ਼ ਨੂੰ ਵੇਖ ਕੇ ਆਪਣਾ ਜਿਹੜਾ ਨੌਲੇਜ ਦਾ ਜਿਹੜਾ ਪੱਧਰ ਹੈ ਉਸ ਨੂੰ ਉੱਚਾ ਕਰ ਸਕਦੇ ਆ, ਹੈ ਨਾ। ਡਾਕਟਰ ਸਾਹਿਬ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਮੈਂ ਪਹਿਲਾਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਹੁਣ ਮੈਂ ਗੱਲ ਕਹੀ ਕਿ ਫੋਨ ਬੱਚੇ ਵਰਤਣ ਨਾਲ, ਹੁਣ ਕਈ ਬੱਚੇ ਕਹਿਣਗੇ ਕਿ ਡਾਕਟਰ ਸਾਹਿਬ ਕੀ ਕਰਨੇ ਕੀ ਕਰਨੇ, ਅਸੀਂ ਫੋਨ ਨਾ ਵਰਤੇ ਤਾਂ ਕੰਮ ਕਿੱਥੋਂ ਹੋਊਗਾ। ਹਾਂ ਬਿਲਕੁਲ। ਅਤੇ ਮੈਂ ਉਹ ਕਹਿਣਾ ਚਾਹੁੰਦਾ ਹਾਂ ਕਿ ਨਾ ਕੰਮ ਕਰੋ ਪਰ ਐਰੋਪਲੇਨ ਮੋਡ 'ਤੇ ਲਾਏ ਕਰੋ, ਐਰੋਪਲੇਨ ਮੋਡ। ਹਾਂ ਬਿਲਕੁਲ, ਉਹ ਤੁਹਾਨੂੰ ਪਤਾ ਹੀ ਹੋਣਾ ਮਿਲਦਾ ਮੋਬਾਈਲ 'ਤੇ। ਮੈਂ ਇਹੋ ਕਹਿਣਾ ਚਾਹੁੰਦਾ ਕਿ ਬੱਚੋ ਫੋਨ 'ਤੇ ਕੰਮ ਕਰਨਾ ਤਾਂ ਕਰੋ ਥੋੜ੍ਹਾ ਜਿਹਾ, ਪਰ ਗੇਮ ਯੂਟਿਊਬ 'ਤੇ ਜਿਹੜਾ ਲੱਗੇ ਰਹਿੰਦੇ ਆ, ਟਿਕਟੋਕ ਹੈ ਲੱਗੇ ਰਹਿੰਦੇ, ਇਹਨਾਂ ਨਾਲ ਚੀਜ਼ਾਂ ਨੂੰ ਨਾ ਵਰਤਣ। ਜੇ ਯੂਟਿਊਬ ਗੂਗਲ ਵਰਤਣੀ ਹੈ ਤਾਂ ਚਾਹੀਦੇ ਕੰਮ ਵਾਲੀ ਵਰਤੋਂ, ਕੋਈ ਬਿਲਕੁਲ ਸਹੀ 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 ਜਿਹੜਾ ਸਟੱਡੀ ਪਰਪਸ ਜਾਂ ਹੋਰ ਕਿਸੇ ਆਪਣੇ ਨੌਲੇਜ ਨੂੰ ਵਧਾਉਣ ਲਈ ਵਰਤੋਂ। क्या आपके मसूड़ों में तकलीफ है? हाँ। क्या आपके टूथपेस्ट में नमक है? टूथपेस्ट में नमक? हाँ, कोलगेट एक्टिव सॉल्ट में नमक है। ਤਾਂ ਇਸੇ ਗੱਲਾਂ ਨਾਲ ਹੀ ਆਪਾਂ ਇੱਥੇ ਆਪਣਾ ਅੱਜ ਦਾ ਇੰਟਰਵਿਊ ਖਤਮ ਕਰਦੇ ਹਾਂ। ਸੋ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਸਾਡੇ ਡਾਕਟਰ ਬਲਕਾਰ ਸਿੰਘ ਜੀ ਦੇ ਨਾਲ ਅਸੀਂ ਅੱਜ ਗੱਲਬਾਤ ਕੀਤੀ, ਤੁਹਾਡੇ ਜਿਹੜੇ ਆ ਵਿਚਾਰ ਉਹਨਾਂ ਦੇ ਆਪਣੇ ਯੂਟਿਊਬ ਚੈਨਲ 'ਤੇ ਆਪਾਂ ਪਾਵਾਂਗੇ, ਜਿਹੜੇ ਉਹਨਾਂ ਦੇ ਵਿਚਾਰ ਅਸੀਂ ਚਰਚਾ ਉਹਨਾਂ ਨੇ ਕੀਤੀ, ਜਿਹੜੇ ਆਪਣੇ ਬਾਰੇ ਜਿਹੜੇ ਬੱਚੇ ਜਿਹੜੇ ਮੋਬਾਈਲ ਵਰਤਦੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਕਿਵੇਂ ਉਹਨਾਂ ਨੂੰ IQ ਉਹਨਾਂ ਦਾ ਬੱਚਿਆਂ ਦਾ ਕਿਵੇਂ ਵਧਾ ਸਕਦੇ ਇਸ ਚੀਜ਼ ਦੇ ਬਾਰੇ ਗੱਲਬਾਤ ਕੀਤੀ ਹੈ। ਸੋ ਅੱਜ ਦੇ ਇਹਨਾਂ ਹੀ ਦੋਸਤੋ, ਸਤਿ ਸ਼੍ਰੀ ਅਕਾਲ, ਜੈ ਹਿੰਦ।